ਪੰਜਾਬ ਚ ਕਰੀਬ 1000 ਤੋਂ ਵੱਧ ਆਇਲਰਡ ਸੈਂਟਰ ਨੇ ਜਿਨ੍ਹਾਂ ਨੂੰ ਆਇਲਜ਼ ਵੀ ਕਿਹਾ ਜਾਂਦਾ ਜਿੱਥੇ ਪੰਜਾਬ ਦੇ ਬੱਚੇ ਪੜ੍ਹ ਕੇ ਵਿਦੇਸ਼ਾਂ ਵਿੱਚ ਜਾਂਦੇ ਨੇ ਕੈਨੇਡਾ ਵਿੱਚ ਜਾਂਦੇ ਨੇ ਇਹ ਆਇਲਰਡਸ ਜਿਹੜੇ ਨੇ ਜਾਂ ਆਇਲਜ਼ ਕਹਿ ਲਓ ਆਇਲ ਸੈਂਟਰ ਸਰਕਾਰ ਨੂੰ ਚੂਨਾ ਲਗਾ ਰਹੇ ਨੇ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਨੇ ਇੱਕ ਜਿਹੜਾ ਸੈਂਟਰ ਆ ਉਹ ਅੰਦਾਜ਼ਨ ਤੌਰ ਤੇ 3 ਲੱਖ ਰੁਪਏ ਦਾ ਸਰਕਾਰ ਦਾ ਦੇਣਦਾਰ ਆ ਲekin ਇਹ ਸੈਂਟਰ ਵਾਲੇ ਕੀ ਕਰਦੇ ਨੇ ਕਿ ਜਿਹੜੇ ਬੱਚੇ ਆ ਕੇ ਇੱਥੇ ਆਇਲ ਦੀ ਤਿਆਰੀ ਕਰਦੇ ਨੇ ਉਹਨਾਂ ਕੋ ਨਗਦ ਪੈਸੇ ਲੈਂਦੇ ਨੇ ਜਿਸ ਕਰਕੇ ਸਰਕਾਰ ਨੂੰ ਪਤਾ ਨਹੀਂ ਲੱਗਦਾਗਾ ਕਿ ਇਹ ਕਿੰਨੇ ਕਰੋੜਾ ਰੁਪਏ ਕਮਾਉਂਦੇ ਨੇ ਤੇ ਜਿਹੜਾ ਸਰਕਾਰ ਨੂੰ GST ਦੇਣੀ ਹੁੰਦੀ ਆ ਉਹ ਫਿਰ ਉਹਦੇ ਚ ਕਾਲਾ-ਮਾਲਾ ਕਰ ਜਾਂਦੇ ਨੇ ਇਸ ਮਸਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਸਖਤੀ ਕਰ ਦਿੱਤੀ ਆ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਕਿ ਜਿਹੜੇ ਸੂਬੇ ਦੇ ਵਿੱਚ ਆਇਲ ਸੈਂਟਰ ਨੇ ਉਹਨਾਂ ਦੀ ਨਿਗਰਾਨੀ ਕੀਤੀ ਜਾਵੇ ਤੇ ਚੈੱਕ ਕੀਤਾ ਜਾਵੇ ਕਿ ਕਿਹਦੇ ਕਿਹਦੇ ਕੋਲ GST ਨੰਬਰ ਆ ਤੇ ਉਹ ਕਿੰਨੇ ਉਹ ਬੱਚਿਆਂ ਨੂੰ ਹੁਣ ਤੱਕ ਪੜਾ ਰਹੇ ਨੇ ਤੇ ਕਿੰਨੇ ਕੋਰਸ ਕਰ ਚੁੱਕੇ ਨੇ ਤੇ ਕਿੰਨੇ ਅਜੇ ਉਥੇ ਕਰ ਰਹੇ ਨੇ ਇਸ ਮਸਲੇ ਦੇ ਵਿੱਚ ਮੁਢਲੇ ਤੌਰ ਤੇ ਇੱਕ ਹੀ ਜਿਹੜੇ ਸੈਂਟਰ ਨੇ ਉਹਨਾਂ ਦੀ ਪੁਨਸ਼ਾਨ ਕੀਤੀ ਗਈ ਆ ਜਿੱਥੋਂ ਪਤਾ ਲੱਗਾ ਕਿ ਉਹਨਾਂ ਨੇ ਸਰਕਾਰ ਨੂੰ ਚੂਨਾ ਲਗਾਇਆ GST ਦੇ ਵਿੱਚ ਚੋਰੀ ਕੀਤੀ ਆ ਕਿਉਂਕਿ ਨਗਦ ਪੈਸੇ ਲੈਂਦੇ ਨੇ ਹੁਣ ਜਿਹੜੇ ਸੂਬੇ ਦੇ ਖਜ਼ਾਨਾ ਮੰਤਰੀ ਨੇ ਉਹ ਕਹਿੰਦੇ ਕਿ ਆਇਲੈਂਡ ਸੈਂਟਰ ਦਾ ਕਾਰੋਬਾਰ ਤੇ ਬਹੁਤ ਵਧਿਆ ਲੇਕਿਨ ਸਰਕਾਰ ਨੂੰ ਟੈਕਸ ਨਹੀਂ ਮਿਲਦਾ ਤੇ ਜਦ ਕਈ ਜਿਹੜੇ ਐਨਲਾਈਜ਼ਡ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਉਹ ਕਹਿੰਦੇ ਨਹੀਂ ਕਿ ਪੰਜਾਬ ਦੇ ਹੋਰ ਸ਼ਹਿਰ ਵਿੱਚ ਬ੍ਰਾਂਚ ਨਹੀਂ ਖੋਲ ਸਕਣਗੇ ਇਦਾਂ ਦਾ ਹੀ ਫੈਸਲਾ ਕਰਨ ਜਾ ਰਹੇ ਆ ਉਹਨ ਪੂਰਾ ਮਸਲਾ ਕੀ ਹੈ ਅਸਲ ਚ ਪੰਜਾਬ ਚ ਜਿਹੜੇ ਆਇਲਜ਼ ਮਾਰਕੀਟ ਬਣ ਚੁੱਕੀ ਆ ਆਇਲੈਂਡ ਸੈਂਟਰ ਦੀ ਇੱਕ ਮੰਡੀ ਬਣ ਚੁੱਕੀ ਆ ਵੱਡੀ ਮੰਡੀ ਅਗਰ ਆਇਲੈਂਡ ਸੈਂਟਰਾਂ ਦੀ ਗੱਲ ਕੀਤੀ ਜਾਵੇ ਪੂਰੇ ਇੰਡੀਆ ਦੇ ਵਿੱਚ ਤੇ ਜਿਹੜੇ ਆਇਲਸ ਕਹਿ ਲੋ ਜਾਂ ਆਇਲੈਂਡਸ ਕਹਿ ਲੋ ਸਭ ਤੋਂ ਵੱਡੀ ਜਿਹੜੀ ਮੰਡੀ ਆ ਉਹ ਪੰਜਾਬ ਦੇ ਵਿੱਚ ਆ ਇੱਕ ਵਪਾਰ ਬਣ ਚੁੱਕਾ ਮੋਟਾ ਵਪਾਰ ਬਣ ਚੁੱਕਾ ਤੇ ਜਿਹੜੀ ਆਇਲ ਆਇਲੈਂਡਸ ਜਾਂ ਆਇਲਸ ਦੀ ਮਾਰਕੀਟ ਬਣੀ ਮੰਡੀ ਬਣੀ ਆ ਉਹਦੇ ਚ ਕਰੋੜਾਂ ਰੁਪਏ ਦਾ ਜਿਹੜਾ ਟੈਕਸ ਚੋਰੀ ਹੋਣ ਦਾ ਜਿਹੜਾ ਮਸਲਾ ਸਾਹਮਣੇ ਸਰਕਾਰ ਦੇ ਵਿੱਚ ਆਇਆ ਧਿਆਨ ਵਿੱਚ ਆਇਆ ਔਰ ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ ਦੇ ਵਿੱਚ ਹਰੀ ਚੰਡੀ ਦੇ ਦਿੱਤੀ ਆ ਹਰੀ ਚੱਡੀ ਮਿਲਣ ਤੋਂ ਬਾਅਦ ਸੂਬੇ ਦੇ ਜਿਹੜੇ ਵਿਭਾਗ ਨੇ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਮਹਿਮ ਵੜ ਵਢੀ ਗਈ ਆ ਔਰ ਪਹਿਲੇ ਪੜਾਅ ਦੇ ਵਿੱਚ 21 ਜਿਹੜੇ ਆਇਲ ਸੈਂਟਰਾਂ ਦੀ ਆ ਜਾਂਚ ਕੀਤੀ ਤੇ ਪਤਾ ਲੱਗਾ ਜਿਹੜੇ 21 ਨੇ 21ਆਂ ਨੇ 4 ਕਰੋੜ ਰੁਪਏ ਦੀ ਚੋਰੀ ਕੀਤੀ ਹੈ ਜੀਐਸਟੀ ਦੀ ਹੁਣ ਜੇ 4 1000 ਨੇ ਤੇ 1000 ਦਾ ਅੰਦਾਜ਼ਾ ਲਗਾਓ ਕਿ ਉਹਨਾਂ ਨੇ ਕਿੰਨੀ ਕਰੋੜਾਂ ਦੀ ਚੋਰੀ ਕੀਤੀ ਹੋਊਗੀ ਜੇ 21 ਸੈਂਟਰਾਂ ਨੇ 4 ਦੀ ਕੀਤੀ ਆ ਤੇ ਫਿਰ ਹਜ਼ਾਰ ਸੈਂਟਰਾਂ ਨੇ ਕਿੰਨੇ ਕਰੋੜਾਂ ਦੀ ਚੂਨਾ ਲਗਾਇਆ ਸਰਕਾਰ ਨੂੰ ਹਿਸਾਬ ਲਾਉਣਾ ਵੀ ਛੇਤੀ ਔਖਾ ਹੋਏਗਾ ਪਰ ਹੁਣ ਸਵਾਲ ਇਸ ਮਸਲੇ ਦੇ ਵਿੱਚ ਜਿਹੜਾ ਮਸਲਾ ਕਿ ਆਇਆ ਕਿ ਟੈਕਸ ਜਿਹੜਾ ਚੋਰੀ ਹੁੰਦਾ ਸਰਕਾਰ ਦੇ ਧਿਆਨ ਵਿੱਚ ਇਹ ਗੱਲ ਸਾਹਮਣੇ ਆਈ ਆ ਉਸ ਦੇ ਚੱਲਦੇ ਸਰਕਾਰ ਨੂੰ ਇਹ ਸ਼ੁਰੂਆਤੀ ਦੌਰ ਤੇ ਪਤਾ ਲੱਗਾ ਕਿ ਜਿਹੜੇ ਬਹੁਤੇ ਆਇਲ ਸੈਂਟਰ ਨੇ ਉਹ ਬੱਚਿਆਂ ਕੋਲੋਂ ਜਿਹੜੀ ਫੀਸ ਆ ਉਹ ਨਗਦ ਵਸੂਲਦੇ ਨੇ ਤਾਂ ਜੋ ਟੈਕਸ ਤੋਂ ਬਚਿਆ ਜਾਵੇ ਕਿਉਂਕਿ ਰਸੀਦ ਨਹੀਂ ਦੇਣੀ ਪੈਂਦੀ ਆਗੀ ਤੇ ਜੇ ਉਹਨਾਂ ਦੇ ਖਾਤੇ ਵਿੱਚ ਜਾਊਗਾ ਤੇ ਸਾਰਾ ਹਿਸਾਬ ਕਿਤਾਬ ਲੱਗ ਜਾਊਗਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਤੇ ਸਰਕਾਰ ਨੂੰ ਵੀ ਇਸ ਕਰਕੇ ਬੱਚਿਆਂ ਕੋਲੋਂ ਨਗਦ ਪੈਸੇ ਲੈਂਦੇ ਨੇ ਹੁਣ ਜਿਹੜੇ ਵੇਰਵੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਕਰੀਬ 1000 ਦੇ ਆਸ-ਪਾਸ ਆਇਲ ਸੈਂਟਰ ਨੇ ਆਇਲ ਸਿਖਲਾਈ ਕੇਂਦਰ ਨੇ ਜਿਨ੍ਹਾਂ ਦਾ GST ਵਿੱਚ 1000 ਕਰੋੜ ਦਾ ਯੋਗਦਾਨ ਬੰਦ ਹੈਗਾ ਹੁਣ ਸਵਾਲ ਹੈ ਕਿ ਜੇ ਮੋٹے ਜੇ ਰੂਪ ਦੇ ਵਿੱਚ ਜੇ ਇੱਕ ਸੈਂਟਰ ਦੀ ਗੱਲ ਕੀਤੀ ਜਾਵੇ ਤੇ ਸਰਕਾਰ ਮਹਿਸੂਸ ਕਰ ਰਹੀ ਆ ਕਿ ਆਇਲ ਸੈਂਟਰਾਂ ਤੋਂ ਕਰੀਬ 1000 ਕਰੋੜ ਦਾ ਯੋਗਦਾਨ ਹੈ ਤੇ ਇਸ ਮਸਲੇ ਦੇ ਵਿੱਚ ਇਸੇ ਕਰਕੇ ਨਿਆਣਿਆਂ ਕੋਲ ਬੱਚਿਆਂ ਕੋਲ ਜਿਹੜੇ ਆਇਲਸ ਦੀ ਤਿਆਰੀ ਕਰਦੇ ਨੇ ਉਹਨਾਂ ਕੋ ਸਖਲਾਈ ਦੇ ਤੌਰ ਤੇ ਨਕਦ ਪੈਸੇ ਲੈਂਦੇ ਨੇ ਇਸ ਮਸਲੇ ਦੇ ਵਿੱਚ ਪੰਜਾਬ ਦੇ ਕਰ ਕਮਿਸ਼ਨਰ ਆਈਐਸ ਅਫੀਸਰ ਹੈ ਕਮਲ ਕਿਸ਼ੋਰ ਜਾਦਵ ਹੁਣਾਂ ਦਾ ਕਹਿਣਾ ਕਿ ਵਿਭਾਗ ਨੇ ਇੱਕ ਡਾਟਾ ਵਿਸ਼ਲੇਸ਼ਣ ਕੀਤਾ ਤੇ ਇਸ ਆਧਾਰ ਤੇ ਆਇਲ ਕੇਂਦਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਤੇ ਉਹਨਾਂ ਵਿੱਚੋਂ ਤਾਂ ਜਿਹੜੇ ਸ਼ਾਰਟਲਿਸਟ ਕੀਤੇ ਗਏ ਨੇ ਸ਼ਹਿਰ ਉਹਦੇ ਚ ਮਹਾਲੀ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਬਰਨਾਲਾ, ਰਾਜਪੁਰਾ, ਮੋਗਾ ਅਤੇ ਮਲੇਰਕੋਟਲਾ ਇਹਨਾਂ ਸ਼ਹਿਰਾਂ ਦੇ ਵਿੱਚ ਟੈਕਸ ਚੋਰੀ ਕਰਨ ਵਾਲੇ ਕਰੀਬ 21 ਜਿਹੜੇ ਆਇਲ ਸੈਂਟਰ ਨੇ ਉਨ੍ਹਾਂ ਦੀ شناخت ਕੀਤੀ ਗਈ ਹੈ ਤੇ ਮਡਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇੱਕ ਕੇਂਦਰ ਵੱਲੋਂ ਘੱਟੋ ਘੱਟ 3 ਲੱਖ ਰੁਪਏ ਦੇ ਟੈਕਸ ਚੋਰੀ ਕੀਤੇ ਕੀਤਾ ਗਿਆ ਇੱਕ ਜਿਹੜਾ ਸੈਂਟਰ ਉਹ 3 ਲੱਖ ਦੀ ਟੈਕਸ ਚੋਰੀ ਕਰ ਰਿਹਾ ਤੇ ਪੰਜਾਬ ਸਰਕਾਰ ਨੇ ਇਸ ਵਾਰ ਜਿਹੜਾ ਉਹ 23000 ਕਰੋੜ ਰੁਪਏ ਦੀ ਜੀਐਸਟੀ ਵਸੂਲੀ ਦਾ ਟੀਚਾ ਰੱਖਿਆ ਹੋਇਆ ਤੇ ਸਰਕਾਰ ਹੁਣ ਵਸੂਲੀ ਵਧਾਉਣ ਲਈ ਹੁਣ ਟੈਕਸ ਚੋਰੀ ਦੇ ਜਿਹੜੇ ਰਸਤੇ ਨੇ ਉਹ ਬੰਦ ਕਰ ਰਹੀ ਆ ਹੁਣ ਜੇ ਇੱਕ ਸੈਂਟਰ ਜੇ 3 ਲੱਖ ਰੁਪਏ ਦਾ ਟੈਕਸ ਚੋਰੀ ਕਰ ਰਿਹਾ ਤੇ 1000 ਜਿਹੜਾ ਸੈਂਟਰ ਨੇ ਉਹ ਫਿਰ ਕਿੰਨੇ ਲੱਖ ਦੀ ਚੋਰੀ ਕਰਦਾ ਹੈ ਮਤਲਬ ਇਹ ਜਿਹੜੇ 1000 ਸੈਂਟਰ ਨੇ ਉਹ 30 ਕਰੋੜ ਰੁਪਏ ਦਾ ਟੈਕਸ ਚੋਰੀ ਕਰੇ ਨੇ ਹੋ ਸਕਦਾ ਕਿ ਜ਼ਿਆਦਾ ਵੀ ਹੋਵੇ ਲੇਕਿਨ ਮੋਟਾ ਜਿਹਾ ਜਿੰਦਾਜ਼ਾ ਲਗਾ ਲਈਏ ਕਿ ਜੇ ਇੱਕ ਸੈਂਟਰ ਆਇਲ ਸੈਂਟਰ 3 ਲੱਖ ਰੁਪਏ ਦੀ ਟੈਕਸ ਚੋਰੀ ਕਰ ਰਿਹਾ ਤੇ 1000 ਸੈਂਟਰ 30 ਕਰੋੜ ਦੀ ਟੈਕਸ ਚੋਰੀ ਕਰੇ ਨੇ ਲੇਕਿਨ ਅਗਰ ਗੱਲ ਕੀਤੇ ਮਹਾਲੀ ਦੇ ਵਿੱਚ ਜਾਂ ਅੰਮ੍ਰਿਤਸਰ ਜਿਹੜੇ ਵੱਡੇ ਸ਼ਹਿਰ ਨੇ ਉੱਥੇ ਤੇ ਜਿਆਦਾ ਵੱਡੇ ਸੈਂਟਰ ਨੇ ਤੇ ਉੱਥੇ ਟੈਕਸ ਚੋਰੀ ਹੋਣ ਦੀ ਜਿਆਦਾ ਸੁਭਾਵਨਾ ਹੈ ਇਸ ਕਰਕੇ ਸਰਕਾਰ ਨੇ ਖਚਾਈ ਕਰ ਦਿੱਤੀ ਹੈ ਕਿ ਜਿਹੜੇ ਆਇਲ ਸੈਂਟਰ ਨੇ ਜਿਹੜੇ ਪੰਜਾਬ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਨੇ ਇਸ ਕਰਕੇ ਇਹਨਾਂ ਦੇ ਖਲਾਫ ਸਖਤੀ ਕੀਤੀ ਜਾਵੇ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਚੂਨਾ ਲਗਾਇਆ ਜਾ ਸਰਕਾਰ ਨੂੰ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸਾ ਜਮ੍ਹਾਂ ਹੋ ਸਕੇ ਹੁਣ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲੀ ਸੀ ਕਿ ਜਿਹੜੇ ਆਇਲ ਸੈਂਟਰ ਆ ਉਹ ਟੈਕਸ ਚੋਰੀ ਕਰ ਰਹੇ ਨੇ ਇਸ ਕਰਕੇ ਸੂਬੇ ਵਿੱਚ ਇਹਨਾਂ ਕੇਂਦਰਾਂ ਦਾ ਕਾਰੋਬਾਰ ਤੇ ਵਧਿਆ ਪੰਜਾਬ ਦੇ ਵਿੱਚ ਕਿਉਂਕਿ ਥਾਂ-ਥਾਂ ਆਇਲ ਸੈਂਟਰ ਨੇ ਚਾਹੇ ਤੁਸੀਂ ਚੰਡੀਗੜ੍ਹ ਤੋਂ ਲੈ ਕੇ ਬਠਿੰਡੇ ਦੀ ਗੱਲ ਕਰ ਲਓ ਬਠਿੰਡੇ ਤੋਂ ਲੈ ਕੇ ਫਿਰੋਜ਼ਪੁਰ ਦੀ ਗੱਲ ਕਰ ਲਓ ਫਿਰੋਜ਼ਪੁਰ ਤੋਂ ਗੁਰਦਾਸਪੁਰ ਦੀ ਗੱਲ ਕਰ ਲਓ ਤੇ ਗੁਰਦਾਸਪੁਰ ਤੋਂ ਫਿਰ ਚੰਡੀਗੜ੍ਹ ਵਾਯਾ ਹਾਰਪੁਰ ਗੱਲ ਕਰ ਲਓ ਹਰ ਜਗ੍ਹਾ ਤੁਹਾਨੂੰ ਆਇਲ ਸੈਂਟਰ ਮਿਲ ਜਾਣਗੇ ਅੰਦਾਜ਼ਾ ਸਰਕਾਰ ਦਾ ਕਿ 1000 ਦੇ ਕਰੀਬ ਆਇਲ ਸੈਂਟਰ ਨੇ ਤੇ ਉਹ ਕਹਿੰਦੇ ਕਿ ਪੰਜਾਬ 'ਚ کاروبار ਤੇ ਵਧਿਆਗਾ ਪਰ ਉਹਨਾਂ ਦੇ ਉਸ ਮੁਕਾਬਲੇ ਜਿੰਨਾ ਕਾਰੋਬਾਰ ਵਧਿਆ ਜਿੰਨੇ ਸੈਂਟਰ ਉਸ ਮੁਕਾਬਲੇ ਟੈਕਸ ਵਸੂਲੀ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਕਿਉਂਕਿ ਟੈਕਸ ਚੋਰੀ ਕੀਤਾ ਜਾ ਰਿਹਾ ਇਹਨਾਂ ਸਖਰਾਈ ਕੇਂਦਰਾਂ ਤੇ 18% ਦੀ ਜਿਹੜਾ ਉਹ GST ਦੇਣਾ ਪੈਂਦਾ GST ਲੱਗਿਆ ਹੋਇਆ ਜਿਹਦੇ 'ਚ 9% ਸਟੇਟ ਦਾ GST ਅਤੇ 9% ਸੈਂਟਰ ਦਾ ਤੇ ਟੋਟਲ 18% ਆ ਤੇ ਸਰਕਾਰ ਨੂੰ ਅਗਰ ਇਹਨਾਂ ਸੈਂਟਰਾਂ ਤੋਂ ਚੂਨਾ ਸਰਕਾਰ ਨੂੰ ਜਿਹੜਾ ਲੱਗ ਰਿਹਾ ਉਹ 30 ਕਰੋੜ ਰੁਪਏ ਬੰਦ ਆ ਗਿਆ ਜਿਸ ਕਰਕੇ ਉਹਨਾਂ ਕਿਹਾ ਕਿ ਇਸ ਦਾ ਹੁਣ ਕਾਰੋਬਾਰ ਤੇ ਵਧਿਆ ਲੇਕਿਨ ਟੈਕਸ ਨਹੀਂ ਮਿਲ ਰਿਹਾ ਜਿਸ ਕਰਕੇ ਸਰਕਾਰ ਨੇ ਸਖਤੀ ਕਰ ਦਿੱਤੀ ਹੈ ਦੂਜੇ ਪਾਸੇ ਜਿਹੜੇ ਪੰਜਾਬ ਦੇ ਐਨਲਾਈਜ਼ ਮਾਮਲਿਆਂ ਦੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਕੀ ਕਹਿੰਦੇ ਨੇ ਉਹ ਕਹਿੰਦੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਆਇਲਜ਼ ਕੇਂਦਰ ਤੇ ਇਮੀਗ੍ਰੇਸ਼ਨ ਕੇਂਦਰ ਜਿਹੜੇ ਉਹ ਗੈਰ ਕਾਨੂੰਨੀ ਤੌਰ ਤੇ ਚੱਲ ਰਹੇ ਨੇ ਜਿਨ੍ਹਾਂ ਦੀ شناخت ਕੀਤੀ ਗਈ ਹੈ ਅਤੇ ਅਜਿਹੇ ਕੇਂਦਰਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਉਹਨਾਂ ਇਹ ਵੀ ਦੱਸਿਆ ਕਿ ਬਹੁਤੇ ਜਿਹੜੇ ਆਇਲ ਸੈਂਟਰ ਨੇ ਉਹ ਇੱਕ ਸ਼ਹਿਰ ਵਿੱਚ ਲਾਇਸੈਂਸ ਲੈ ਲੈਂਦੇ ਨੇ ਪਰ ਦੂਜੇ ਸ਼ਹਿਰ ਦੇ ਵਿੱਚ ਜਾ ਕੇ ਬ੍ਰਾਂਚ ਖੋਲ੍ਹ ਦਿੰਦੇ ਨੇ ਜਦ ਕਿ ਹਰ ਸ਼ਹਿਰ ਦੇ ਵਿੱਚ ਇੱਕ ਵੱਖਰਾ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਲੇਕਿਨ ਇਹਨਾਂ ਨੇ ਇਹ ਵੱਡਾ ਮਸਲਾ ਵਾ ਕਿ ਜੇ ਜਲੰਧਰ ਵਾਸਤੇ ਲਾਇਸੈਂਸ ਆ ਤਾਂ ਉਹ ਜਾ ਕੇ 6 ਸ਼ਾਰਪੁਰ ਤੇ ਅੰਮ੍ਰਿਤਸਰ ਵੀ ਖੋਲ ਲੈਂਦੇ ਤੇ ਬਠਿੰਡੇ ਇਸ ਕਰਕੇ ਇਹਨਾਂ ਦੀ ਹੁਣ ਜਿਹੜੀ ਇੱਕ লাইসেনਸ ਤੇ ਇੱਕ ਹੀ ਆਇਲ ਸੈਂਟਰ ਖੋਲ ਸਕਦੇ ਨੇ ਇਹ ਵੀ ਇੱਕ ਟੈਕਸ ਚੋਰੀ ਦਾ ਇੱਕ ਜਰੀਆ ਹੁਣ ਦੇਖਦੇ ਇਸ ਮਸਲੇ ਦੇ ਵਿੱਚ ਜਿਹੜੇ 21 ਜਿਹੜੇ ਆਇਲ ਸੈਂਟਰਾਂ ਦੀ شناخت ਕੀਤੀ ਗਈ ਹੈ ਇਹ ਔਰ 3 ਲੱਖ ਦਾ ਜਿਹੜਾ ਟੈਕਸ ਚੋਰੀ ਇੱਕ ਸੈਂਟਰ ਕਰ ਰਿਹਾ ਤੇ ਪੂਰੇ ਪੰਜਾਬ 'ਚ ਜਿਹੜੇ 1000 ਦੇ ਕਰੀਬ ਸੈਂਟਰ ਨੇ 30 ਕਰੋੜ ਦੀ ਜਿਹੜੀ ਚੂਨਾ ਹਰ ਸਾਲ ਸਰਕਾਰ ਨੂੰ ਲੱਗ ਰਿਹਾ ਜੀਐਸਟੀ ਦੇ ਰੂਪ ਦੇ ਵਿੱਚ ਦੇਖ ਦੇ ਕੇ ਇਹ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬੋਲੋ ਕਿ ਇਹਨਾਂ ਉੱਪਰ ਵੀ ਨਕੀਲ ਪਾਈ ਜਾਵੇ ਨੱਥ ਪਾਈ ਜਾਵੇ ਤੇ ਜਿਹੜਾ ਇਹ ਟੈਕਸ ਦੇ ਰੂਪ ਚ ਪੈਸਾ ਸਰਕਾਰ ਕੋ ਜਾਣਾ ਚਾਹੀਦਾ ਇਹਨਾਂ ਦੀਆਂ ਜੇਬਾਂ ਵਿੱਚ ਜਾਇਆ ਜਾ ਰਿਹਾ ਔਰ ਦੂਜਾ ਕਾਨੂੰਨ ਇਹੋ ਜੇ ਬਣਾਇਆ ਜਾਣ ਕਿ ਜਿਹੜਾ ਵੀ ਬੱਚੇ ਨੇ ਫੀਸ ਸਖਲਾਈ ਲੈਣੀ ਹੈ ਤੇ ਪੈਸੇ ਦੇਣੇ ਨੇ ਉਹ ਨਗਦ ਨਾ ਦੇਵੇ ਉਹ ਕਾਊਂਟ ਦੇ ਜ਼ਰੀਏ ਦੇਵੇ ਖਾਤੇ ਦੇ ਵਿੱਚ ਜਮ੍ਹਾਂ ਕਰਾਵੇ ਤਾਂ ਜੋ ਟੈਕਸ ਤੋਂ ਬਚਿਆ ਜਾ ਸਕੇਗੇ ਜਿਹੜਾ ਇਹਨਾਂ ਦੀ ਜੇਬ ਚ ਜਾਂਦਾ ਆਇਲਸ ਸੈਂਟਰ ਦੇ ਜਿਹੜੇ ਮਾਲਕ ਨੇ ਉਹ ਫਿਰ ਪੈਸਾ ਪੰਜਾਬ ਦੇ ਖਾਤਿਆਂ ਵਿੱਚ ਜਾਵੇ ਮਹਾਲੀ ਦੇ ਵਿੱਚ ਤੇ ਇਹ ਵੀ ਚਰਚਾ ਚ ਇੱਕ ਬਹੁਤ ਵੱਡੇ ਲੀਡਰ ਦੇ ਵੀ ਘੱਟੋ ਘੱਟ ਮਹਾਲੀ ਸ਼ਹਿਰ ਦੇ ਵਿੱਚ ਹੀ 22 ਆਇਲਸ ਸੈਂਟਰ ਨੇ ਆਇਲ ਸੈਂਟਰ ਨੇ ਉਹ ਵੀ ਲੱਗਦਾ ਕਿ ਕਰੋੜਾਂ ਰੁਪਏ ਦਾ ਸਰਕਾਰ ਨੂੰ ਚੂਨਾ ਲਗਾ ਰਿਹਾ ਹੋਊਗਾ ਉਸ ਜਿਹੜੇ ਜਿਹਦੇ ਮਹਾਲੀ ਦੇ ਆਸ-ਪਾਸ ਸੈਂਟਰ ਬਣਾਏ ਨੇ ਆਇਲ ਸੈਂਟਰ ਉਹਦੀ ਸਰਕਾਰ ਦੇ ਵਿੱਚ ਵੀ ਕਾਫੀ ਕਹਿੰਦੇ ਤਗੜੀ ਉਹਦੀ ਗੱਲਬਾਤ ਆ ਪਰ ਫਿਰਾਲ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਉਹ ਹੈ ਕਿ ਜਿਹੜੇ ਆਇਲ ਸੈਂਟਰ ਜਿਹੜੇ ਸਰਕਾਰ ਨੂੰ ਚੂਨਾ ਲਗਾ ਰਹੇ ਨੇ ਉਹਨਾਂ ਤੇ ਨਕੇਲ ਪਾਉਣ ਦਾ ਫੈਸਲਾ ਕੀਤਾ ਦੇਦੇ ਆ ਕਿ ਸਰਕਾਰ ਦੇ ਵਾਕਏ ਜੇ ਇੱਕ ਸੈਂਟਰ 3 ਲੱਖ ਰੁਪਏ ਦਾ ਟੈਕਸ ਚੋਰੀ ਕਰਦਾ 1000 ਸੈਂਟਰਾਂ ਦਾ ਹਿਸਾਬ ਨਾਲ ਉਹ 30 ਕਰੋੜ ਰੁਪਏ ਬੰਦ ਆ ਤੇ ਇਸ ਵਾਰ ਕੀ ਸਰਕਾਰ ਦੇ ਖਾਤੇ 'ਚ 30 ਕਰੋੜ ਰੁਪਏ ਆਏਗਾ ਜਾਂ ਫਿਰ ਨਹੀਂ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਆ ਗਿਆ ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ